ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਮੁੱਦਾ ਪ੍ਰੋਗਰਾਮ ਦੇ ਵਿੱਚ ਮੁੱਦੇ ਕਈ ਨੇ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਆਪਣਾ ਮਿਸ਼ਨ 2022 ਲੈ ਕੇ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਕਈ ਸਵਾਲ ਨੇ ਕਈ ਮੁੱਦੇ ਨੇ ਜੋ ਇਹਨਾਂ ਸਿਆਸੀ ਪਾਰਟੀਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ ਕਿਉਂਕਿ ਆਮ ਜਨਤਾ ਸਵਾਲ ਪੁੱਛਦੀ ਹੈ ਤੇ ਆਗੂਆਂ ਨੂੰ ਉਹਨਾਂ ਦਾ ਜਵਾਬ ਦੇਣਾ ਪੈਂਦਾ ਹੈ ਪਹਿਲਾ ਸਵਾਲ ਸਰਹੱਦ ਦੇ ਇਲਾਕੇ ਬੀਐਸਐਫ ਨੂੰ ਜਿਹੜਾ ਹੀ ਰੇਂਜ ਵਧਾ ਕੇ ਦੇ ਦਿੱਤੀ ਹੈ 16 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਯਾਨੀ ਕਿ 50 ਕਿਲੋਮੀਟਰ ਤੱਕ ਉਹ ਛਾਪੇ ਮਾਰੀ ਕਰ ਸਕਦੀ ਹੈ ਲੋਕਾਂ ਤੋਂ ਪੁੱਛਗਿਛ ਕਰ ਸਕਦੀ ਹੈ ਜਿੱਥੇ ਵੀ ਸ਼ੱਕ ਸ਼ੁਬਾ ਹੋਵੇ ਉੱਥੇ ਆ ਕੇ ਛਾਪਾ ਮਾਰ ਕੇ ਲੋਕਾਂ ਤੋਂ ਸਵਾਲ ਹੱਤ ਪੁੱਛ ਸਕਦੀ ਹੈ ਪਰ ਉਸ ਤੋਂ ਪਹਿਲਾਂ ਜਿਹੜਾ 16 ਕਿਲੋਮੀਟਰ ਦਾ ਇਲਾਕਾ ਸੀ ਉੱਥੇ ਰਹਿਣ ਵਾਲੇ ਲੋਕਾਂ ਦਾ ਹਾਲ ਕੀ ਹੈ ਜਿਹੜੇ ਸਰਹੱਦ ਦੀ ਪੱਟੀ ਦੇ ਨੇੜੇ ਤੇਲੇ ਰਹਿੰਦੇ ਨੇ ਉਹਨਾਂ ਦਾ ਹਾਲ ਤੇ ਤੁਸੀਂ ਦੇਖੋ ਰੱਬ ਦੇ ਆਸਰੇ ਹੀ ਨੇ ਨਾ ਤੇ ਉੱਥੇ ਸਿਹਤ ਸਹੂਲਤਾ ਪਹੁੰਚੀਆਂ ਤੇ ਨਾ ਹੀ ਉੱਥੇ ਸਕੂਲ ਪਹੁੰਚੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਕੋਈ ਪਤਾ ਨਹੀਂ ਤੇ ਔਰਤਾਂ ਦੀ ਜਿਹੜੀ ਡਿਲੀਵਰੀ ਹੈ ਉਹਦੇ ਵਾਸਤੇ ਵੀ ਕਈ ਵਾਰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਤਾਂ ਉੱਥੇ ਹੀ ਮਿਲ ਕੇ ਕਈ ਦਾਇਆਂ ਨੇ ਜਾਂ ਕਈ ਹੋਰ ਬਜ਼ੁਰਗ ਔਰਤਾਂ ਨੇ ਉਹਨਾਂ ਦੀ ਡਿਲੀਵਰੀ ਕਰਵਾ ਦਿੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕਈ ਮੁਸੀਬਤਾਂ ਉਹਨਾਂ ਨੂੰ ਝੱਲਣੀਆਂ ਪੈਂਦੀਆਂ ਨੇ ਤੇ ਆਮਦਨ ਦਾ ਕੋਈ ਸਾਧਨ ਇੰਨਾ ਪੱਕਾ ਹੈ ਨਹੀਂ ਇੰਡਸਟਰੀ ਹੈ ਨਹੀਂ ਕਿਉਂਕਿ ਡਿਵੈਲਪਮੈਂਟ ਹੋਤੇ ਹੋ ਹੀ ਨਹੀਂ ਤੇ ਖੇਤੀ ਬਾੜੀ ਦੇ ਉੱਤੇ ਸਾਰਾ ਕੁਝ ਨਿਰਭਰ ਕਰਦਾ ਹੈ ਤੇ ਜ਼ਮੀਨਾਂ ਤੋਂ ਵੀ ਕਿੰਨਾ ਕੁ ਖੱਟ ਲੈਣਾ ਹੈ ਜੋ ਕਿਸਾਨੀ ਦਾ ਹਾਲ ਹੈ ਸਾਡੇ ਦੇਸ਼ ਦੇ ਵਿੱਚ ਤੁਸੀਂ ਜਾਣਦੇ ਹੋ ਤੇ ਕਈਆਂ ਦੀਆਂ ਜ਼ਮੀਨਾਂ ਸਰਹੱਦ ਤੋਂ ਉਸ ਪਾਰ ਨੇ ਹਰ ਰੋਜ਼ ਉਧਰ ਜਾਣਾ ਪੈਂਦਾ ਆਣ ਲੱਗੇ ਤਲਾਸ਼ੀ ਦਿਓ ਜਾਣ ਲੱਗੇ ਤਲਾਸ਼ੀ ਦਿਓ ਉਧਰੋਂ ਵੀ ਕਈ ਲੋਕ ਆਉਂਦੇ ਨੇ ਭਾਰਤ ਦੇ ਵਿੱਚ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਇੱਧਰ ਨੇ ਉਹ ਵੀ ਇੱਧਰ ਖੇਤੀ ਕਰਨਾਉਂਦੇ ਨੇ ਤਾਂ ਇਹ ਹਾਲਤ ਕੀ ਬਣੀ ਹੋਈ ਹੈ ਇਹ ਹਾਲਤ ਬੜੀ ਤਰਸਯੋਗ ਹੈ ਪਰ ਜਿੱਥੇ ਬੱਚਿਆਂ ਦੇ ਵਿਆਹਾਂ ਦੀ ਗੱਲ ਆਉਂਦੀ ਹੈ ਉੱਥੇ ਵੀ ਉਹਨਾਂ ਪਿੰਡਾਂ ਦੇ ਵਿੱਚ ਲੋਕ ਆਪਣੇ ਮੁੰਡੇ ਕੁੜੀ ਨੂੰ ਵਿਆਹ ਤੇ ਗੁਰੇਸ਼ ਕਰਦੇ ਨੇ ਕਿਉਂਕਿ ਵੱਖੋ-ਵੱਖ ਨਾਮਾਂ ਨਾਲ ਬੁਲਾਇਆ ਜਾਂਦਾ ਹੈ ਕਈ ਤਾਂ ਉੱਥੋਂ ਦੇ ਲੋਕਾਂ ਨੂੰ ਸਮਗਦਰ ਤੱਕ ਕਹਿ ਦਿੰਦੇ ਨੇ ਕਾਰਨ ਕੀ ਹੈ ਕਿਉਂਕਿ ਜਿਹੜਾ ਮਾਫੀਆ ਉੱਥੇ ਰਾਜ ਕਰਦਾ ਹੈ ਕਿਸੇ ਕਿਸੇ ਏਰੀਆ ਦੇ ਵਿੱਚ ਜਿੱਥੇ ਆ ਕੇ ਇਹ ਡਰੱਗਸ ਸਪਲਾਈ ਹੁੰਦੀਆਂ ਨੇ ਨਸ਼ਾ ਸਪਲਾਈ ਹੁੰਦਾ ਤਾਂ ਕਿਹਾ ਜਾਂਦਾ ਕਿ ਇੱਥੋਂ ਦੇ ਲੋਕ ਵੀ ਉਹਨਾਂ ਦੇ ਨਾਲ ਰਲ ਜਾਂਦੇ ਨੇ ਹੋ ਸਕਦਾ ਕਿਉਂਕਿ ਪੈਸੇ ਦੀ ਜਿਹੜੀ ਕਮੀ ਹੈ ਨਾ ਗਰੀਬੀ ਹੈ ਨਾ ਜਿਹੜੀ ਉਹ ਕੁਝ ਵੀ ਕਰਵਾ ਦਿੰਦੀ ਹੈ ਇਨਸਾਨ ਤੋਂ ਕਰਦੇ ਹਾਲਾਤ ਚੰਗੇ ਨਾ ਹੋਣ ਖਰਚਾ ਨਾ ਚੱਲਦਾ ਹੋਵੇ ਹੋ ਸਕਦਾ ਹੈ ਕੁਝ ਲੋਕ ਡਰਗ ਸਪਲਾਈ ਕਰਦੇ ਹੁਣ ਕੁਝ ਲੋਕ ਉਹਨਾਂ ਦੇ ਨਾਲ ਮਿਲ ਜਾਂਦੇ ਹੁਣ ਪਰ ਸਾਰੇ ਤਾਂ ਨਹੀਂ ਨਾ ਮਿਲ ਸਕਦੇ ਸਾਰੇ ਤਾਂ ਨਹੀਂ ਬੁਰੇ ਕੰਮ ਕਰ ਸਕਦੇ ਤਾਂ ਕੁੱਲ ਮਿਲਾ ਕੇ ਜਿਹੜੀ ਸਥਿਤੀ ਬਣੀ ਹੋਈ ਹੈ ਬੜੀ ਸੈਂਸਿਟਿਵ ਹੈ ਬੜੀ ਸੰਵੇਦਨਸ਼ੀਲ ਹੈ ਸਰਹੱਦੀ ਇਲਾਕਿਆਂ ਦੀ ਉੱਥੇ ਸਰਕਾਰ ਨੂੰ ਖਾਸ ਧਿਆਨ ਦੇਣਾ ਪਵੇਗਾ ਉੱਥੇ ਆਗੂਆਂ ਨੂੰ ਖਾਸ ਧਿਆਨ ਦੇਣਾ ਪਵੇਗਾ ਉਥੋਂ ਦੇ ਲੋਕ ਸਵਾਲ ਪੁੱਛਦੇ ਨੇ ਵੀ ਅਸੀਂ ਤੁਹਾਨੂੰ ਵੋਟ ਦਈਏ ਤਾਂ ਕਾਦੇ ਵਾਸਤੇ ਦਈਏ ਜੇ ਤੁਸੀਂ ਸਾਡੇ ਵੱਲ ਧਿਆਨ ਨਹੀਂ ਦੇਣਾ ਸਾਡੇ ਵਾਸਤੇ ਕੋਈ ਵਿਕਾਸ ਮਾਡਲ ਤੁਹਾਡੇ ਕੋਲ ਹੈ ਸਾਡੀ ਹਾਲਤ ਸੁਧਾਰਨ ਵਾਸਤੇ ਤੁਹਾਡੇ ਕੋਲ ਕੋਈ ਵਿਕਾਸ ਮਾਡਲ ਮੌਜੂਦ ਹੈ ਕਿ ਹਜੇ ਸੋਚਣ ਵਾਲੀਆਂ ਗੱਲਾਂ ਤੁਹਾਨੂੰ ਪਈਆਂ ਹੋਈਆਂ ਨੇ ਹਜੇ ਤੁਸੀਂ ਸੋਚਿਆ ਹੀ ਨਹੀਂ ਸਾਡੇ ਬਾਰੇ ਤੇ ਸਿਰਫ ਆਪਣੀ ਕੁਰਸੀ ਬਾਰੇ ਤੇ ਆਪਣੀਆਂ ਇਲੈਕਸ਼ਨਸ ਬਾਰੇ ਤੇ ਆਪਣੀ ਸੱਤਾ ਵਿੱਚ ਆਉਣ ਬਾਰੇ ਜਿਹੜੀਆਂ ਖੇਡਾਂ ਖੇਡਦੇ ਹੋ ਉਹਨਾਂ ਬਾਰੇ ਸੋਚਦੇ ਹੋ ਅਸੀਂ ਵੀ ਰੱਬ ਦੇ ਬੰਦੇ ਆ ਅਸੀਂ ਵੀ ਭਾਰਤ ਦੇ ਨਾਗਰਿਕ ਆ ਅਸੀਂ ਵੀ ਇਸ ਮੁਲਕ ਦੇ ਵਸਿੰਦੇ ਆ ਸਾਡੇ ਵੀ ਹੱਕ ਬਣਦੇ ਨੇ ਸਾਨੂੰ ਸਾਡੇ ਬਣਦੇ ਹੱਕ ਤਾਂ ਦਿਓ ਤੇ ਹੱਕ ਦਿਓਗੇ ਜੀਉਣ ਦਾ ਹੱਕ ਮਿਲੇਗਾ ਤਾਂ ਹੀ ਤਾਂ ਅਸੀਂ ਆਪਣੇ ਫਰਜ਼ ਅਦਾ ਕਰਾਂਗੇ ਸਾਡੇ ਤੋਂ ਸਿਰਫ ਫਰਜ਼ ਦੀ ਉਮੀਦ ਤੁਸੀਂ ਰੱਖਦੇ ਹੋ ਸਾਡੇ ਹੱਕ ਵੀ ਤਾਂ ਸਾਨੂੰ ਦਿਓ ਸਾਨੂੰ ਵੀ ਤਾਂ ਜੀਵਨ ਦਿਓ ਸਾਨੂੰ ਵੀ ਤਾਂ ਇਨਸਾਨਾਂ ਦੇ ਵਿੱਚ شمار ਕਰੋ ਸਾਡੀ ਵੀ ਗਿਣਤੀ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਐਦਾਂ ਦੀ ਜ਼ਿੰਦਗੀ ਬਤੀਤ ਕਰਕੇ ਇਸ ਸੰਸਾਰ ਤੋਂ ਚਲੇ ਜਾਈਏ ਇਸ ਕਰਕੇ ਉਹਨਾਂ ਦੇ ਸਵਾਲ ਦਾ ਜਵਾਬ ਵੀ ਦੇਣਾ ਪਏਗਾ ਸਿਆਸੀ ਆਗੂਆਂ ਨੂੰ ਜਿਹੜੇ ਲੋਕ ਸਰਹੱਦ ਦੀ ਪੱਟੀ ਤੇ ਰਹਿੰਦੇ ਨੇ ਹੁਣ ਕਰਦੇ ਹਾਂ ਜੀ ਅਗਲਾ ਸਵਾਲ ਅਗਲਾ ਸਵਾਲ ਹੈ ਮਨੁੱਖੀ ਅਧਿਕਾਰਾਂ ਦਾ ਹਿਊਮਨ ਰਾਈਟਸ ਪੂਰੀ ਦੁਨੀਆ ਦੇ ਵਿੱਚ ਬੜਾ ਰੌਲਾ ਪਿਆ ਹੋਇਆ ਹਿਊਮਨ ਰਾਈਟਸ ਹੁੰਦੇ ਨੇ ਮਨੁੱਖੀ ਅਧਿਕਾਰ ਹੁੰਦੇ ਨੇ ਵੱਡੀਆਂ-ਵੱਡੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਵੱਡੇ-ਵੱਡੇ ਚਾਰਟਰ ਬਣਾਏ ਜਾਂਦੇ ਨੇ ਵੱਡੇ-ਵੱਡੇ ਡਿਸੀਜਨ ਲਿੱਤੇ ਜਾਂਦੇ ਨੇ ਫੈਸਲੇ ਲਿੱਤੇ ਜਾਂਦੇ ਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਜ਼ਮੀਨੀ ਹਕੀਕਤ ਕੀ ਹੈ ਮਨੁੱਖੀ ਅਧਿਕਾਰ ਕਿਤੇ ਦਿਖਾਈ ਦਿੰਦੇ ਨੇ ਤੁਸੀਂ ਦੇਖੋ ਜੋ ਲੋਕਾਂ ਦਾ ਹਾਲ ਹੈ ਸਿਹਤ ਸਹੂਲਤਾ ਪੂਰੀਆਂ ਮਿਲੀਆਂ ਕਿ ਨਹੀਂ ਮਿਲੀਆਂ ਸਿੱਖਿਆ ਪੂਰੀ ਮਿਲੀ ਕਿ ਨਹੀਂ ਮਿਲੀ ਜਿਉਣ ਦਾ ਅਧਿਕਾਰ ਮਿਲਿਆ ਕਿ ਨਹੀਂ ਮਿਲਿਆ ਰੋਟੀ ਕੱਪੜਾ ਮਕਾਨ ਮਿਲਿਆ ਕਿ ਨਹੀਂ ਮਿਲਿਆ ਅਮੀਰ ਤੇ ਗਰੀਬ ਦਾ ਪਾੜਾ ਇੰਨਾ ਵਧੀ ਜਾ ਰਿਹਾ ਹੈ ਉਹ ਗੱਲ ਕੌਣ ਕਰੂਗਾ ਤਾਂ ਇਹ ਹੁੰਦੀ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਜਿੱਦਾਂ ਦੀ ਸਾਰੀ ਸਥਾਪਨਾ ਹੈ ਪ੍ਰਸ਼ਾਸਨ ਹੈ ਐਡਮਿਨਿਸਟ੍ਰੇਸ਼ਨ ਚੱਲਦੀ ਪਈ ਹੈ ਲੱਗਦਾ ਤਾਂ ਨਹੀਂ ਕਿ ਮਨੁੱਖੀ ਅਧਿਕਾਰਾਂ ਦਾ ਕੁਝ ਵੜਨ ਲੱਗਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਵਾਲ ਪੰਜਾਬ ਦੀ ਜਨਤਾ ਪੁੱਛਦੀ ਹੈ ਕਿ ਅਸੀਂ ਇਨਸਾਨ ਆ ਇਨਸਾਨ ਹੋਣ ਦੇ ਨਾਤੇ ਜੋ ਕੁਦਰਤੀ ਅਧਿਕਾਰ ਸਾਨੂੰ ਮਿਲੇ ਨੇ ਕੁਦਰਤ ਵੱਲੋਂ ਤੁਸੀਂ ਤਾਂ ਉਹ ਵੀ ਸਾਨੂੰ ਨਹੀਂ ਲੈਣ ਦਿੰਦੇ ਪਏ ਤਾਂ ਫਿਰ ਬਾਕੀ ਜਿਹੜੇ ਸਮਾਜਿਕ ਅਧਿਕਾਰ ਨੇ ਆਰਥਿਕ ਅਧਿਕਾਰ ਨੇ ਉਹ ਕਿੱਥੋਂ ਮਿਲ ਲੈਣੇ ਸਾਨੂੰ ਤਾਂ ਇਸ ਕਰਕੇ ਆਗੂਆਂ ਨੂੰ ਇਹ ਵੀ ਜਵਾਬ ਦੇਣਾ ਪਊਗਾ ਕਿ ਮਨੁੱਖੀ ਅਧਿਕਾਰ ਕਿੱਥੇ ਖੜੇ ਨੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇੱਥੋਂ ਤੱਕ ਕਿ ਯੂਨੋ ਦੇ ਵਿੱਚ ਵੀ ਇਹ ਗੱਲ ਚੱਲਦੀ ਪਈ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਉੱਤੇ ਹਮਲੇ ਹੁੰਦੇ ਨੇ ਲੋਕਾਂ ਨੂੰ ਉਹ ਬਣਦੀਆਂ ਚੀਜ਼ਾਂ ਉਹ ਬਣਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਜਿਸ ਦੇ ਉਹ ਹੱਕਦਾਰ ਨੇ ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਸੂਬੇ ਦੀ ਤਾਂ ਇੱਥੋਂ ਦੇ ਨਾਗਰਿਕਾਂ ਨੂੰ ਜਿਹੜੇ ਸਵਾਰ ਲੈ ਕੇ ਖੜੇ ਨੇ ਪੰਜਾਬ ਦੇ ਆਗੂਆਂ ਦੇ ਸਾਹਮਣੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਜਵਾਬ ਦੇਣਾ ਪਊਗਾ ਇਹਨਾਂ ਇਲੈਕਸ਼ਨਸ ਦੇ ਵਿੱਚ ਕਿ ਦੱਸੋ ਬਈ ਸਾਡਾ ਹੱਕ ਕਿੱਥੇ ਐ ਜੋ ਸਾਨੂੰ ਚਾਹੀਦਾ ਹੈ ਇਹ ਸਾਡੀਆਂ ਸੜਕਾਂ ਕਿੱਥੇ ਨੇ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਟੁੱਟੀਆਂ ਹੋਈਆਂ ਸੜਕਾਂ ਦੇ ਉੱਤੇ ਅਸੀਂ ਆਪਣੀਆਂ ਗੱਡੀਆਂ ਚਲਾਉਨੇ ਆ ਸਾਨੂੰ ਪਿੱਠ ਦੇ ਵਿੱਚ ਦਰਦ ਹੋਣ ਲੱਗ ਪੈਂਦੀ ਐ ਐ ਸਾਨੂੰ ਇੱਕ ਹੀ ਤਰ੍ਹਾਂ ਦੀਆਂ ਮੁਸੀਬਤਾਂ ਸਹਿਣ ਕਰਨੀਆਂ ਪੈਂਦੀਆਂ ਨੇ ਤੇ ਬਾਰਸ਼ਾਂ ਦੇ ਵਿੱਚ ਪਾਣੀ ਭਰ ਜਾਂਦੇ ਟੋਇਆਂ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਦੱਸੋ ਫਿਰ ਸਾਡੀਆਂ ਸੜਕਾਂ ਕਿੱਥੇ ਨੇ ਅਟੋਲ ਪਲਾਜ਼ੇ ਦੇ ਉੱਤੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਸਾਨੂੰ ਟਿਕਟਾਂ ਖਰੀਦਣੀਆਂ ਪੈਂਦੀਆਂ ਨੇ ਉਹਨੇ ਦਾ ਪੈਟਰੋਲ ਨਹੀਂ ਲੱਗਦਾ ਜਿੰਨਾ ਟੋਲ ਪਲਾਜ਼ਾ ਵਾਲੇ ਸਾਡੇ ਕੋਲੋਂ ਪੈਸੇ ਲੈ ਜਾਂਦੇ ਨੇ ਹੁਣ ਦੱਸੋ ਇਹ ਸਾਡਾ ਹੱਕ ਕਿੱਥੇ ਐ ਅਸੀਂ ਕਾਹਦੇ ਟੋਲ ਪਲਾਜ਼ੇ ਦਿੰਦੇ ਫਿਰਿਏ ਇਹ ਕੰਮ ਸਰਕਾਰ ਦਾ ਸੜਕਾਂ ਬਣਾਉਣਾ ਕਿ ਪ੍ਰਾਈਵੇਟ ਕੰਪਨੀਆਂ ਦਾ ਕਿ ਉੱਥੇ ਕਬਜ਼ਾ ਕਰਕੇ ਬੈਠੀਆਂ ਹੋਈਆਂ ਨੇ ਤੇ ਸਾਡੇ ਕੋਲੋਂ ਪੈਸੇ ਲੈਂਦੀਆਂ ਨੇ ਕਿ ਵੀ ਇੱਥੋਂ ਲੰਘੋਗੇ ਤਾਂ ਤੁਹਾਨੂੰ ਰੋਡ ਟੈਕਸ ਦੇਣਾ ਪਏਗਾ ਇਹ ਕੀ ਚੀਜ਼ਾਂ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਪਬਲਿਕ ਲੈ ਕੇ ਬੈਠੀ ਆਪਣੇ ਦਿਲਾਂ ਦੇ ਅੰਦਰ ਮਨੁੱਖੀ ਅ ਪੁੱਛਣ ਵਾਸਤੇ ਉਹਦੇ ਜਵਾਬ ਦੇਣੇ ਪੈਣਗੇ ਇੰਨਾ ਸਿਆਸੀ ਆਗੂਆਂ ਨੂੰ ਜੋ ਸੰ 2022 ਦੀਆਂ ਇਲੈਕਸ਼ਨਸ ਲੜਨ ਵਾਸਤੇ ਅੱਗੇ ਆਏ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਪੰਜਾਬ ਦੇ ਸਿਰ ਦੇ ਉੱਤੇ ਇੰਨਾ ਕਰਜ਼ਾ ਚੜਿਆ ਹੋਇਆ ਤੇ ਉਹ ਕਰਜ਼ਾ ਲਾਉਣਾ ਕਿਵੇਂ ਹੈ ਤੇ ਤੁਸੀਂ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਪਏ ਹੋ ਉਹ ਪੈਸੇ ਕਿੱਥੋਂ ਆਣਗੇ ਵਾਅਦੇ ਪੂਰੇ ਕਰਨ ਵਾਸਤੇ ਇਹ ਵੀ ਤਾਂ ਤੁਸੀਂ ਦੱਸਣਾ ਹੈ ਇਹ ਸਾਰੇ ਸਵਾਲ ਵੀ ਪੰਜਾਬ ਦੇ ਜੋ ਸਿਆਸੀ ਆਗੂ ਨੇ ਉਹਨਾਂ ਕੋਲੋਂ ਪੁੱਛਦੇ ਨੇ ਪੰਜਾਬ ਦੇ ਲੋਕ ਵੋਟ ਪਾਉਣ ਤੋਂ ਪਹਿਲਾਂ ਇੱਕ ਨਿੱਕੀ ਜੀ ਗੱਲ ਮੈਂ ਤੁਹਾਨੂੰ ਸੁਣਾਉਣਾ ਕਿ ਇੱਕ ਪਿਓ ਪੁੱਤ ਤੁਰੇ ਜਾਂਦੇ ਸੀ ਤਾਂ ਪੁੱਤ ਨੇ ਕਿਹਾ ਪਿਓ ਨੂੰ ਅ ਘੋੜਾ ਲੈ ਦੇ ਬਾਪੂ ਮੈਨੂੰ ਤਾਂ ਪਿਓ ਕਹਿੰਦਾ ਬਈ ਇਹ ਤਾਂ ਮਹਿੰਗਾ ਬਹੁਤ ਹੈ ਕਿਉਂਕਿ ਅੱਜ ਕੱਲ ਘੋੜਿਆਂ ਦਾ ਮੁੱਲ ਬਹੁਤ ਜ਼ਿਆਦਾ ਕੋਈ ਨਹੀਂ ਕੋਈ ਨਹੀਂ ਚੱਲ ਲੱਪਾ ਚੱਲਦੇ ਕੰਮ ਤੇ ਚੱਲਦੇ ਉਹ ਪਿਓ ਪੁੱਤ ਚੱਲੇ ਸੀ ਕਿਸੇ ਦੂਸਰੀ ਥਾਂ ਦੇ ਉੱਤੇ ਕਮਾਈ ਕਰਨ ਵਾਸਤੇ ਕਿਉਂਕਿ ਆਪਣੇ ਪਿੰਡ ਵਿੱਚ ਇੰਨੀ ਆਮਦਨ ਹੈ ਨਹੀਂ ਸੀ ਕਿਤੇ ਸ਼ਹਿਰ ਚੱਲੇ ਸੀ ਕਿਤੇ ਹੋਰ ਚੱਲੇ ਸੀ ਤਾਂ ਕਿ ਉੱਥੇ ਜਾ ਕੇ ਰਹੀਏ ਉੱਥੇ ਕੋਈ ਦਿਹਾੜੀ ਕਰੀਏ ਕੋਈ ਕੰਮ ਕਰੀਏ ਤਾਂ ਕਾਫੀ ਪੈਸੇ ਕਮਾਈਏ ਜੋ ਵੀ ਉਹਨਾਂ ਦਾ ਜਾ ਕੋਈ ਵਪਾਰ ਕਰੀਏ ਕੁਝ ਵੀ ਕਰੀਏ ਪੈਸੇ ਕਮਾਈਏ ਤਾਂ ਚੀਜ਼ਾਂ ਲੈਣ ਵਾਸਤੇ ਸੁਖਾਲਾ ਹੱਥ ਹੋ ਜਾਏ ਤਾਂ ਉਹ ਉੱਥੇ ਗਏ ਸ਼ਹਿਰ ਉਹਨਾਂ ਦਾ ਕੰਮ ਵਾਵਾ ਚੱਲ ਪਿਆ ਤੇ ਵਾਵਾ ਕਮਾਈ ਹੋਈ ਤੇ ਹੁਣ ਜਦੋਂ ਵਾਪਸ ਆਉਂਦੇ ਪਏ ਨੇ ਤਾਂ ਫੇਰ ਪੁੱਤ ਨੇ ਕਿਹਾ ਬਾਪੂ ਘੋੜਾ ਲੈ ਦੇ ਤਾਂ ਬਾਪੂ ਕਹਿੰਦਾ ਇੱਕ ਕਿਉਂ ਲੈਣੇ ਆ ਦੋ ਲੈ ਕਹਿੰਦਾ ਬਾਪੂ ਜਾਣ ਲੱਗੇ ਤਾਂ ਤੂੰ ਇੱਕ ਵੀ ਨਹੀਂ ਲੈ ਕੇ ਦਿੱਤਾ ਹੁਣ ਬੜਾ ਨਿਹਾਲ ਹੋਇਆ ਹੁਣ ਕਹਿੰਦਾ ਦੋ ਲੈ ਲੈ ਕਹਿੰਦਾ ਪੁੱਤ ਉਹਦੋਂ ਪੈਸੇ ਨਹੀਂ ਸੀ ਹੁਣ ਪੈਸੇ ਹੈਗੇ ਨੇ ਤਾਂ ਗੱਲ ਕੀ ਹੈ ਕਿ ਚੀਜ਼ ਮਹਿੰਗੀ ਉਹਦੋਂ ਲੱਗਦੀ ਹੈ ਜਦੋਂ ਜੇਬ 'ਚ ਪੈਸੇ ਨਹੀਂ ਹੈਗੇ ਤੇ ਜਦੋਂ ਜੇਬ 'ਚ ਪੈਸੇ ਨੇ ਤਾਂ ਹਰ ਚੀਜ਼ ਸਸਤੀ ਲੱਗਦੀ ਹੈ ਇਹ ਤੁਹਾਡੀ ਆਪਣੀ ਪਾਕਟ ਹੈ ਕਿ ਤੁਹਾਡੇ ਪਾਕਟ ਦੇ ਵਿੱਚ ਕਿੰਨੇ ਕ ਪੈਸੇ ਨੇ ਤਾਂ ਗੱਲ ਕੀ ਆਈ ਕਿ ਰੋਜ਼ਗਾਰ ਕਾਰੋਬਾਰ ਕੰਮਕਾਰ ਜਿਹਦੇ ਨਾਲ ਤੁਹਾਡੀ ਆਮਦਨ ਬਣਨੀ ਹੈ ਉਸ ਆਮਦਨ ਦੇ ਨਾਲ ਹੀ ਤੁਸੀਂ ਚੀਜ਼ਾਂ ਖਰੀਦਣੀਆਂ ਨੇ ਜੇ ਤੁਹਾਡੇ ਕੋਲ ਰੋਜ਼ਗਾਰ ਨਹੀਂ ਤੁਹਾਡੀ ਆਮਦਨ ਹੀ ਨਹੀਂ ਤਾਂ ਹਰ ਚੀਜ਼ ਤੁਹਾਨੂੰ ਮਹਿੰਗੀ ਲੱਗਦੀ ਹੈ ਤੁਹਾਨੂੰ ਤਾਂ ਇਹ ਵੀ ਸੋਚਣਾ ਪੈਂਦਾ ਕਿ ਰੋਜ਼ੀ ਰੋਟੀ ਕਿਵੇਂ ਚੱਲੂਗੀ ਘਰ ਦੇ ਲੋਕੀ ਰੋਟੀ ਕਿਵੇਂ ਖਾਣਗੇ ਟੱਬਰ ਨੂੰ ਪਾਲਣਾ ਕਿਵੇਂ ਆ ਕੱਪੜੇ ਕਿਵੇਂ ਲੈਣੇ ਬਿਮਾਰੀ ਦੇ ਉੱਤੇ ਖਰਚ ਕਿਵੇਂ ਕਰਨਾ ਜੇ ਕਦੇ ਰੱਬ ਨਾ ਕਰੇ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਦਿਮਾਗ 'ਚ ਚੱਲਦੀਆਂ ਰਹਿੰਦੀਆਂ ਨੇ ਤਾਂ ਇਨ੍ਹਾਂ ਗੱਲਾਂ ਦਾ ਹੱਲ ਕੀ ਹੈ ਕਿ ਸਾਡੇ ਕੋਲ ਰੋਜ਼ਗਾਰ ਹੋਵੇ ਇਹ ਵੀ ਪੁੱਛਦੀ ਹੈ ਪੰਜਾਬ ਦੀ ਜਨਤਾ ਅਗੂਆ ਕੋਲੋਂ ਕਿ ਸਾਨੂੰ ਨੌਕਰੀ ਦੇਣੀ ਹੈ ਕਿ ਨਹੀਂ ਦੇਣੀ ਸਾਨੂੰ ਕੰਮ ਕਰ ਦੇਣਾ ਕਿ ਨਹੀਂ ਦੇਣਾ ਇਦਾਂ ਵਿਹਲੇ ਰੱਖਣਾ ਬਸ ਵਿਹਲੇ ਰੱਖਣ ਕਰਕੇ ਹੀ ਸਾਨੂੰ ਤੁਸੀਂ ਵੋਟਾਂ ਵਸ ਤੇ ਬੁਲਾਉਂਦੇ ਰਹਿੰਦੇ ਹੋ ਕਿ ਆਓ ਜੀ ਵੋਟਾਂ ਪਾ ਦਿਓ ਤੇ ਵਿਹਲੇ ਰਵੋ ਨਹੀਂ ਜੀ ਨਹੀਂ ਸਾਨੂੰ ਕੰਮ ਚਾਹੀਦੇ ਨੇ ਹਰ ਹੱਥ ਕੋਲ ਕੰਮ ਹੋਣਾ ਚਾਹੀਦਾ ਹਰ ਸਿਰ ਫੁਕਰ ਨਾਲ ਉੱਚਾ ਹੋਣਾ ਚਾਹੀਦਾ ਇਹੀ ਇਸ ਦੇਸ਼ ਦਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਹੱਕ ਦਿੰਦਾ ਤੇ ਇਹੀ ਨੇ ਮਨੁੱਖੀ ਅਧਿਕਾਰ ਜਿਨ੍ਹਾਂ ਬਾਰੇ ਅਸੀਂ ਗੱਲ ਕਰਦੇ ਆਂ ਤਾਂ ਮਹਿੰਗਾਈ ਦੀ ਮਾਰ ਕਦੋਂ ਤੱਕ ਝੱਲਣਗੇ ਲੋਕ ਇਸ ਮਹਿੰਗਾਈ ਤੋਂ ਕਦੋਂ छुटकारा ਮਿਲੇਗਾ ਜੇਕਰ ਤੁਸੀਂ ਪੈਟਰੋਲ ਦੇ ਤੇਲ ਦੇ ਭਾਅ ਘਟਕੀਤੇ ਤਾਂ ਬਾਕੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਲੋੜ ਦੀਆਂ ਚੀਜ਼ਾਂ ਨੇ ਉਹਨਾਂ ਦੇ ਭਾਅ ਤੁਸੀਂ ਵਧਾ ਦਿੱਤੇ ਤਾਕੇ ਜ਼ਾਰੇ ਦਾ ਜ਼ਾਰਾ ਬੋਝ ਪਵੇ ਪਬਲਿਕ ਦੇ ਉੱਤੇ ਕਿਉਂਕਿ ਤੁਸੀਂ ਤੇ ਆਪਣਾ ਖਰਚਾ ਪੂਰਾ ਕਰਨਾ ਹੀ ਕਰਨਾ ਹੈ ਤੁਸੀਂ ਥੋੜਾ ਖਜ਼ਾਨੇ ਦੇ ਵਿੱਚ ਕਮੀ ਆਣ ਦੇਣੀ ਆ ਇਧਰੋਂ ਪੈਸੇ ਘਟਾਏ ਤੇ ਉਧਰੋਂ ਪੈਸੇ ਵਧਾ ਦਿੱਤੇ ਗੱਲ ਤਾਂ ਉੱਥੇ ਦੀ ਉੱਥੇ ਰਹੀ ਗੱਲ ਤੇ ਮਹਿੰਗਾਈ ਦੀ ਆ ਇਹ ਮਹਿੰਗਾਈ ਕਦੋਂ ਦੂਰ ਕਰਨੀ ਆ ਇਹ ਵੀ ਪੰਜਾਬ ਦੇ ਲੋਕ ਪੁੱਛਦੇ ਨੇ ਸਿਆਸੀ ਆਗੂਆਂ ਤੋਂ ਕਿ ਇਹ ਮਹਿੰਗਾਈ ਦੀ ਮਾਰ ਸਾਨੂੰ ਕਦੋਂ ਤੱਕ ਝੱਲਣੀ ਪੈਣੀ ਹੈ ਕਿਉਂ ਕਿ ਸਾਡੇ ਕੋਲ ਰੋਜ਼ਗਾਰ ਨਹੀਂ ਆਮਦਨ ਘਟ ਹੈ ਆਮਦਨ ਘਟੇ ਤੇ ਅਸੀਂ ਡਿਮਾਂਡ ਨਹੀਂ ਕਰ ਸਕਦੇ ਕਿਸੇ ਚੀਜ਼ ਦੀ ਕਿਉਂਕਿ ਅਸੀਂ ਖਰੀਦ ਨਹੀਂ ਸਕਦੇ ਜੇ ਡਿਮਾਂਡ ਨਹੀਂ ਹੋਏਗੀ ਤਾਂ ਫੈਕਟਰੀਆਂ ਬਿਜ਼ਨਸ ਵਾਲੇ ਕਿਸ ਚੀਜ਼ ਦਾ ਉਤਪਾਦਨ ਕਰਨ ਕਿਉਂਕਿ ਲੋਕਾਂ ਕੋਲ ਪੈਸੇ ਨਹੀਂ ਹੈ ਕਿ ਖਰੀਦਣ ਵਾਸਤੇ ਖਰੀਦ ਸ਼ਕਤੀ ਨਹੀਂ ਹੈਗੀ ਉਹਨਾਂ ਦੀ ਤੇ ਜੇ ਉਹ ਉਤਪਾਦਨ ਨਹੀਂ ਕਰਨਗੇ ਤਾਂ ਇੰਡਸਟਰੀ ਚੱਲੂਗੀ ਕਿਵੇਂ ਜੇ ਇੰਡਸਟਰੀ ਚੱਲੂਗੀ ਨਹੀਂ ਤਾਂ ਰੋਜ਼ਗਾਰ ਕਿੱਦਾਂ ਮਿਲੂਗਾ ਕਿਉਂਕਿ ਰੋਜ਼ਗਾਰ ਤਾਂ ਮਿਲੂਗਾ ਜੇ ਇੰਡਸਟਰੀ ਚੱਲੂਗੀ ਉਤਪਾਦਨ ਹੋਊਗਾ ਡਿਮਾਂਡ ਹੋਊਗੀ ਪਬਲਿਕ ਦੀ ਉਸ ਡਿਮਾਂਡ ਨੂੰ ਪੂਰੀ ਕਰਨ ਵਾਸਤੇ ਸਪਲਾਈ ਦੇਣੀ ਪਊਗੀ ਤਾਂ ਹੀ ਤਾਂ ਰੋਜ਼ਗਾਰ ਚੱਲੂਗਾ ਤੇ ਜੇ ਪਬਲਿਕ ਕੋਲ ਪਹਿੇ ਨਹੀਂ ਹੈਗੇ ਚੀਜ਼ਾਂ ਖਰੀਦਣ ਵਾਸਤੇ ਤਾਂ ਉਹਨਾਂ ਨੇ ਚੀਜ਼ਾਂ ਖਰੀਦਣੀਆਂ ਕਿਹੜੀਆਂ ਨੇ ਤੇ ਜੇ ਉਹਨਾਂ ਨੇ ਚੀਜ਼ਾਂ ਖਰੀਦਣੀਆਂ ਨਹੀਂ ਤਾਂ ਫੈਕਟਰੀਆਂ ਨੇ ਚੀਜ਼ਾਂ ਬਣਾਉਣੀਆਂ ਕਿਹੜੀਆਂ ਨੇ ਤੇ ਜੇ ਫੈਕਟਰੀਆਂ ਨੇ ਚੀਜ਼ਾਂ ਬਣਾਉਣੀਆਂ ਨਹੀਂ ਤਾਂ ਕੰਮਕਾਰ ਠੱਪ ਤੇ ਜੇ ਕੰਮਕਾਰ ਠੱਪ ਤੇ ਰੋਜ਼ਗਾਰ ਤੇ ਆਪੇ ਠੱਪ ਹੋ ਗਿਆ ਤੇ ਫਿਰ ਰੋਜ਼ਗਾਰ ਕਿਵੇਂ ਦੇਣੇ ਨੇ ਨੌਕਰੀਆਂ ਕਿਵੇਂ ਦੇਣੀਆਂ ਨੇ ਕਿਵੇਂ ਸਾਰੇ ਅਰਥਚਾਰੇ ਨੂੰ ਇਕਨੋਮੀ ਨੂੰ ਸਟਰੋਂਗ ਕਰਨਾ ਮਜ਼ਬੂਤ ਕਰਨਾ ਹੈ ਕਿ ਜ਼ਿੰਦਗੀ ਜੀਉਣ ਦੇ ਲਾਇਕ ਹੋ ਸਕੇ ਇਸ ਕਰਕੇ ਇਹ ਸਵਾਲ ਵੀ ਪੁੱਛਦੇ ਨੇ ਪੰਜਾਬ ਦੇ ਲੋਕ ਸਿਆਸੀ ਆਗੂਆਂ ਤੋਂ ਤਾਂ ਇਹ ਜਵਾਬ ਵੀ ਦੇਣਾ ਪੈਣਾ ਵੀ ਸਾਡੇ ਰੋਜ਼ਗਾਰ ਦਾ ਕੀ ਬਣੂਗਾ ਸਾਨੂੰ ਦੱਸੋ ਇਹ ਲੋਕਾਂ ਦੇ ਸਵਾਲ ਇਹ ਮਾਹਿਰਾਂ ਦੇ ਸਵਾਲ ਜੋ ਅਸੀਂ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਇਹ ਸਾਰੇ ਸਵਾਲ ਲੋਕਾਂ ਦੇ ਮਾਹਿਰਾਂ ਦੇ ਮਨਾਂ ਦੇ ਵਿੱਚ ਜਿਹੜੀ ਖਲਬਲੀ ਮਚਾ ਕੇ ਬੈਠੇ ਹੋਏ ਨੇ ਅਸੀਂ ਜੋ ਇਹ ਸਾਰੇ ਸਵਾਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇਹ ਮਾਹਿਰਾਂ ਦੇ ਸਵਾਲ ਨੇ ਇਹ ਲੋਕਾਂ ਦੇ ਸਵਾਲ ਨੇ ਜਨਤਾ ਦੇ ਸਵਾਲ ਨੇ ਜੋ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਇਹ ਸਿਆਸੀ ਆਗੂਆਂ ਦੇ ਸਾਹਮਣੇ ਇਹ ਸਵਾਲ ਨੇ ਜੋ ਉਹਨਾਂ ਨੂੰ ਉੱਤਰ ਦੇਣੇ ਪੈਣੇ ਨੇ ਲੋਕਾਂ ਦੇ ਵਿੱਚ ਜਾਣ ਤੋਂ ਪਹਿਲਾਂ ਇਸ ਕਰਕੇ ਤਿਆਰੀ ਪੂਰੀ ਕਰਨੀ ਪਵੇਗੀ ਕਿਉਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਇਲੈਕਸ਼ਨਸ ਦਾ ਮੂਹ ਮੰਹੰਦਰਾ ਬਿਲਕੁਲ ਵੱਖਰਾ ਹੋਣਾ ਹੈ ਕਾਰਨ ਕਿਸਾਨੀ ਸੰਘਰਸ਼ ਕਿਸਾਨੀ ਅੰਦੋਲਨ ਜੋ ਫਤਿਹ ਹੋਇਆ ਹੈ ਜੋ ਜਿੱਤਿਆ ਗਿਆ ਹੈ ਜੋ ਸਫਲ ਹੋਇਆ ਹੈ ਉਸ ਕਾਰਨ ਲੋਕਾਂ ਦੇ ਵਿੱਚ ਸਿਆਸੀ ਚੇਤਨਾ ਜਾਗ ਚੁੱਕੀ ਹੈ ਉਸ ਕਾਰਨ ਲੋਕ ਜਾਗਰੂਕ ਹੋ ਚੁੱਕੇ ਨੇ ਹੁਣ ਉਹ ਸਵਾਲ ਪੁੱਛਦੇ ਨੇ ਹੁਣ ਉਹ ਚੁੱਪ ਕਰਕੇ ਨਹੀਂ ਬੈਂਦੇ ਅੱਗੋਂ ਉੱਠ ਕੇ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਪੁੱਛਦੇ ਨੇ ਕਿ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂ ਕਿ 75 ਸਾਲ ਹੋ ਗਏ ਨੇ ਸਾਨੂੰ ਆਜ਼ਾਦ ਹੋਇਆਂ ਨੂੰ ਅੱਜ ਤੱਕ ਜੋ ਸਾਡੀ ਇਹ ਹਾਲਤ ਬਣੀ ਹੋਈ ਹੈ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਇਦੇ ਵਾਸਤੇ ਜ਼ਿੰਮੇਦਾਰ ਉਹ ਸਿਆਸੀ ਆਗੂ ਨੇ ਜੋ ਆਉਂਦੇ ਨੇ ਵੱਡੇ ਵੱਡੇ ਵਾਅਦੇ ਕਰਦੇ ਨੇ ਫਿਰ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦੇ ਫਿਰ ਇਲਜ਼ਾਮ ਇੱਕ ਦੂਜੇ ਦੇ ਉੱਤੇ ਸੁੱਟਦੇ ਨੇ ਇਹ ਤਾਂ ਪਿਛਲੀਆਂ ਸਰਕਾਰਾਂ ਬਾਰੇ ਇਹ ਤਾਂ ਅਗਲੀਆਂ ਸਰਕਾਰਾਂ ਬਾਰੇ ਵੱਖਰੀਆਂ ਵੱਖਰੀਆਂ ਗੱਲਾਂ ਇਹ ਉਹਨੇ ਨਹੀਂ ਕੀਤਾ ਇਹ ਉਹਨੇ ਨਹੀਂ ਕੀਤਾ ਉਹ ਛੱਡੋ ਕਿਸੇ ਦੇ ਉੱਤੇ ਇਲਜ਼ਾਮ ਦੇਣਾ ਛੱਡੋ ਤੁਸੀਂ ਆਪ ਕੀ ਕੀਤਾ ਇਹ ਦੱਸੋ ਜੇ ਉਹਨੇ ਨਹੀਂ ਕੀਤਾ ਤਾਂ ਇਹਦਾ ਮਤਲਬ ਤੁਸੀਂ ਵੀ ਨਹੀਂ ਕਰਨਾ ਜੇ ਉਹ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਤੁਸੀਂ ਵੀ ਨਹੀਂ ਕਰ ਰਹੇ ਹੋ ਇਹ ਕੀ ਕਾਰਨ ਬਣਿਆ ਇਹ ਤੇ ਕੋਈ ਦਲੀਲ ਨਾ ਹੋਈ ਇਸ ਕਰਕੇ ਇਹ ਪਬਲਿਕ ਦੇ ਸਵਾਲ ਇਹ ਲੋਕਾਂ ਦੇ ਸਵਾਲ ਇਹ ਮਾਹਿਰਾਂ ਦੇ ਸਵਾਲ ਤੁਹਾਡੇ ਅੱਗੇ ਨੇ ਕਿ ਇਹ ਪੰਜਾਬ ਦਾ ਬਣਨਾ ਕੀ ਹੈ ਕਿ ਪੰਜਾਬ ਦਾ ਭਵਿੱਖ ਕੀ ਹੋਣਾ ਹੈ ਇਹ ਪੰਜਾਬ ਨੂੰ ਤੁਸੀਂ ਕਿਹੜਾ ਵਰਤਮਾਨ ਦੇ ਰਹੇ ਹੋ ਜਿਹਦੇ ਵਿੱਚੋਂ ਇੱਕ ਸੁਨਹਿਰਾ ਭਵਿੱਖ ਨਿਕਲਣਾ ਹੈ ਜੋ ਪੰਜਾਬ ਦਾ ਇਤਿਹਾਸ ਹੈ ਉਸ ਇਤਿਹਾਸ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ ਜੋ ਇਤਿਹਾਸ ਵਿੱਚੋਂ ਅੱਜ ਦਾ ਵਰਤਮਾਨ ਨਿਕਲਿਆ ਹੈ ਉਹਦੇ ਵਾਸਤੇ ਕੌਣ-ਕੌਣ ਕਿੱਥੇ-ਕਿੱਥੇ ਕਿੰਨਾ-ਕਿੰਨਾ ਜ਼ਿੰਮੇਵਾਰ ਹੈ ਇਸ ਦਾ ਵੀ ਜਵਾਬ ਸਰਕਾਰਾਂ ਤੋਂ ਮੰਗਦੀ ਹੈ ਪੰਜਾਬ ਦੀ ਜਨਤਾ ਤਾਂ ਅੱਜ ਦੀ ਗੱਲ ਕਰੀਏ ਇਤਿਹਾਸ ਤੋਂ ਕੀ ਸਿੱਖਿਆ ਜਿਹੜਾ ਅਸੀਂ ਅੱਜ ਤੱਕ ਪਹੁੰਚੇ ਹਾਂ ਤੇ ਅੱਜ ਕੀ ਕਰਨਾ ਚਾਹੁੰਦੇ ਹਾਂ ਜਿਹੜਾ ਅਸੀਂ ਭਵਿੱਖ ਤੱਕ ਪਹੁੰਚਣਾ ਹੈ ਕਿਉਂਕਿ ਭਵਿੱਖ ਨੇ ਵੀ ਇੱਕ ਦਿਨ ਵਰਤਮਾਨ ਬਣਨਾ ਹੈ ਦਾ ਆਉਣ ਵਾਲੀ ਪੀੜ੍ਹੀ ਸਾਡੇ ਕੋਲ ਸਵਾਲ ਪੁੱਛੇਗੀ ਕਿ ਤੁਸੀਂ ਕੀ ਕੀਤਾ ਸਾਡੇ ਵਾਸਤੇ ਤੁਸੀਂ ਕਿਹੜੇ ਕਿਹੜੇ ਫੈਸਲੇ ਲਏ ਕਿਹੜੀ ਕਿਹੜੀ ਪਾਲਿਸੀਜ਼ ਬਣਾਈਆਂ ਤਾਂ ਮਾਹਿਰ ਕਹਿੰਦੇ ਨੇ ਕਿ ਜੋ ਇਤਿਹਾਸ ਵਿੱਚ ਹੋਇਆ ਉਹ ਵੀ ਸਾਡੇ ਸਾਹਮਣੇ ਹੈ ਜੋ ਵਰਤਮਾਨ ਵਿੱਚ ਹੋ ਰਿਹਾ ਹੈ ਉਹ ਵੀ ਸਾਡੇ ਸਾਹਮਣੇ ਹੈ ਤੇ ਜਿਹੜਾ ਭਵਿੱਖ ਹੈ ਉਹ ਸੁਨਹਿਰਾ ਹੋਣਾ ਚਾਹੀਦਾ ਉਹ ਵੀ ਅਸੀਂ ਵੇਖ ਰਹੇ ਹਾਂ ਤੇ ਇਹਦਾ ਆਧਾਰ ਕੀ ਬਣਨਾ ਚਾਹੀਦਾ ਹੈ ਇਹਦਾ ਆਧਾਰ ਬਣਨਾ ਚਾਹੀਦਾ ਹੈ ਮਨੁੱਖੀ ਅਧਿਕਾਰ ਹਿਊਮਨ ਰਾਈਟਸ ਦੇ ਹਰ ਚੀਜ਼ ਨੂੰ ਹਰ ਪਾਲਿਸੀ ਨੂੰ ਹਰ ਵਿਕਾਸ ਮਾਡਲ ਨੂੰ ਮਨੁੱਖੀ ਅਧਿਕਾਰਾਂ ਦੇ ਉੱਤੇ ਬੇਸ ਕਰਕੇ ਬਣਾਇਆ ਜਾਵੇ ਮਨੁੱਖੀ ਅਧਿਕਾਰਾਂ ਨੂੰ ਇਸ ਦਾ ਆਧਾਰ ਬਣਾਇਆ ਜਾਵੇ ਤਾਂ ਹਰ ਗੱਲ ਕਾਮਯਾਬੀ ਵੱਲ ਲੈ ਕੇ ਜਾਏਗੀ ਤਾਂ ਸਾਰੇ ਸਿਆਸੀ ਆਗੂਆਂ ਕੋਲ ਸਾਰੀਆਂ ਗੱਲਾਂ ਦੇ ਸਾਰੇ ਸਵਾਲਾਂ ਦੇ ਜਵਾਬ ਹੋਣਗੇ ਜੋ ਪੰਜਾਬ ਦੀ ਜਨਤਾ ਸਿਆਸੀ ਆਗੂਆਂ ਤੋਂ ਪੁੱਛਦੀ ਪਈ ਹੈ ਜੋ ਪੰਜਾਬ ਦੇ ਲੋਕ ਸਿਆਸੀ ਆਗੂਆਂ ਕੋਲੋਂ ਪੁੱਛਦੇ ਪਏ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮਨੁੱਖੀ ਅਧਿਕਾਰਾਂ ਦੇ ਵਿੱਚ ਲੁਕੇ ਹੋਏ ਨੇ ਇਸ ਕਰਕੇ ਮਨੁੱਖੀ ਅਧਿਕਾਰਾਂ ਨੂੰ ਪਛਾਣੋ ਤੇ ਉਹਦੇ ਮੁਤਾਬਿਕ ਹੀ ਆਪਣਾ ਸਾਰਾ ਵਿਕਾਸ ਮਾਡਲ ਬਣਾਓ ਕਿ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ ਸਾਡੇ ਗੁਰੂ ਸਾਹਿਬਾਨ ਤਾਂ ਕਹਿੰਦੇ ਨੇ ਕਿ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਹਰ ਜੀਵ ਨੂੰ ਜਿਉਣ ਦਾ ਹੱਕ ਹੈ ਵਨਸਪਤੀ ਨੂੰ ਜਿਉਣ ਦਾ ਹੱਕ ਹੈ ਦਰਖਤਾਂ ਨੂੰ ਜਿਉਣ ਦਾ ਹੱਕ ਹੈ ਪੰਛੀ ਪਰਿੰਦਿਆਂ ਜਾਨਵਰਾਂ ਨੂੰ ਜਿਉਣ ਦਾ ਹੱਕ ਹੈ ਪਾਣੀ 'ਚ ਰਹਿਣ ਵਾਲੇ ਜੀਵਾਂ ਨੂੰ ਜਿਉਣ ਦਾ ਹੱਕ ਹੈ ਕੁਦਰਤ ਦੀ ਸੰਤਾਨਾਂ ਨੂੰ ਜਿਹੜੀ ਕੁਦਰਤ ਦੀ ਹਰ ਸੰਤਾਨ ਹੈ ਬਲਿਹਾਰੀ ਕੁਦਰਤ ਵਸਿਆ ਗੁਰੂ ਸਹਿਬਾਨ ਸਮਝਾਉਂਦੇ ਨੇ ਦਾ ਜਿਹੜਾ ਕੁਦਰਤ ਦੇ ਵਿੱਚ ਕਾਦਰ ਵਸਦਾ ਹੈ ਉਹ ਸਾਰੇ ਜੀਵ ਜਿਉਣ ਦਾ ਹੱਕ ਰੱਖਦੇ ਨੇ ਤੇ ਅਸੀਂ ਤੇ ਸਿਰਫ ਇਸ ਮੁਲਕ ਦੇ ਵਿੱਚ ਜਮਹੂਰੀਅਤ ਦੀ ਗੱਲ ਕਰ ਰਹੇ ਹਾਂ ਗੁਰੂ ਸਹਿਬਾਨ ਤੇ ਸਾਰੇ ਬ੍ਰਹਮੰਡ ਦੀ ਗੱਲ ਕਰ ਰਹੇ ਨੇ ਕਿ ਸਭ ਨੂੰ ਜਿਉਣ ਦਾ ਹੱਕ ਹੈ ਕਿਉਂਕਿ ਏਕ ਨੂਰ ਤੇ ਸਭ जग ਉਪਜਿਆ ਸਾਰੇ ਕੁਦਰਤ ਦੀ ਸੰਤਾਨ ਨੇ ਉਸ ਨਾਤੇ ਸਾਰੇ ਵਿਕਾਸ ਮਾਡਲ ਬਣਾਓ ਤੇ ਸਭ ਨੂੰ ਉਹਨਾਂ ਦਾ ਬਣਦਾ ਹੱਕ ਦਿਓ ਸਭ ਨੂੰ ਜਿਉਣ ਦਾ ਹੱਕ ਦਿਓ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੁੱਦਾ ਪ੍ਰੋਗਰਾਮ ਦਾ ਹਿੱਸਾ ਬਣੇ ਇਸੇ ਤਰ੍ਹਾਂ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸਤਿ ਸ੍ਰੀ ਅਕਾਲ